दूसरा दिन है, समूह एसआरपी जिला इंचार्ज साहबान अते समूह डीआई दा इस ट्रेनिंग दे विच असीं जीआं नूं कहिंदे आ। ते अज दा जो साडा फस्ट लैक्चर है ओह श्री विजय गुप्ता जी एसएस मास्टर सरकारी हाई स्कूल चवाड़ियां वाली ओह अपना फस्ट लैक्चर अज साडे सामने रखणगे। ते उम्मीद करदे आ कि कल दी तरह समूह डीआरपी जां एसआरपी सारे ही अपने जिहड़े माइक ने ओह म्यूट रखणगे ते पूरे अनुशासन दे नाल जो मतलब सानू अज अपना लैक्चर देणगे उहनू सुनना है। थैंक यू जी। हुण मैं विजय सर नू करांगा कि अपना जिहड़ा लैक्चर आ स्टार्ट करन जी। ਜੀ ਸਾਰੇ ਹੀ ਸਤਿਕਾਰਿਤ ਅਧਿਆਪਕ ਸਾਥੀਆਂ ਦਾ ਵੈਲਕਮ ਜੀ ਆਇਆਂ ਨੂੰ। ਮੈਨੂੰ ਜੋ ਸਾਰਾ ਸੇਵਾ ਜ਼ਿੰਮੇ ਲਗਾਈ ਹੈ ਕਿ ਵਟ ਵੀ ਕੈਨ ਇਨ ਦਾ ਆਰ ਸਬਜੈਕਟ ਹਿਸਟਰੀ ਵਿਦ ਦਾ ਹੈਲਪ ਆਫ ਟੈਕਨੋਲੋਜੀ। ਸੋ ਆਮ ਗੋਇੰਗ ਟੂ ਸ਼ੇਅਰ ਮਾਈ ਸਕਰੀਨ ਵਿਦ ਆਲ ਆਫ ਯੂ। ਸੋ ਇਹ ਆਪਣਾ ਅੱਜ ਦਾ ਟੋਪਿਕ ਰਹੇਗਾ ਜੀ कि हाउ टू यूज टेक्नोलॉजी वाइल टीचिंग हिस्ट्री। सो मेन जो है चार टॉपिक रखे थे जी। नंबर वन कंसेप्ट मैप, हाउ कैन वी प्रिपेयर कंसेप्ट मैप एंड व्हाट आर द यूजेस ऑफ कंसेप्ट मैप इन द हिस्ट्री स्टूडेंट्स। देन स्टोरी मैप, डिजिटल टाइमलाइन। सॉरी विजय सर, सॉरी इंटरप्टिंग यू सर। यस सर। सर कुछ ਜਿਵੇਂ ਨਾ ਤੁਸੀਂ ਜੁਆਇਨ ਵੀ ਕਰਵਾਉਣਾ ਸਰ ਥੋੜਾ, ਕਿਉਂਕਿ ਕੁਝ ਰਹਿ ਗਏ ਨਾ ਸਾਡੇ ਲੈਕਚਰਰ ਸਹਿਬਾਨ। ਅੱਛਾ ਓਕੇ ਓਕੇ। ਹੋਸਟ ਤੁਸੀਂ ਸਰ? ਹਾਂਜੀ ਸਰ। ਥੈਂਕ ਯੂ ਸਰ, ਥੈਂਕ ਯੂ। ਓਕੇ ਓਕੇ। ਜਸਟ ਮੀ ਚੈੱਕ ਸਰ, ਇਜ਼ देयर ਐਨੀ ਪੈਂਡਿੰਗ। ਸੋ ਮੇਨ ਜੋ ਹੈ ਸਰ ਚਾਰ ਜੋ ਹੈ ਟੌਪਿਕਸ ਨੂੰ ਆਪਾਂ ਲੈ ਕੇ ਗੱਲ ਕਰਾਂਗੇ ਜਿੰਨਾ ਸਮਾਂ ਇਜਾਜ਼ਤ ਦੇਗਾ। ਔਰ ਮੈਂ ਜੋ ਹੈ ਦੇ ਵਿੱਚ कोशिश करूंगा कि जो अपने धर्म दिखान दी उस बाद ये बंदे किवें ने वो वखरा अपना सेशन रहेगा। संजीव सर, क्योंकि ऐसा सर डबल जड़ा है, फिर देखना पड़ेगा कि कौन जड़े साथी। हाँ सर, सर जे सर 10-5-7 मिनट ना एक बारी चेक कर लियो प्लीज, इस तो बाद नहीं आए तो ਕੋਈ ਫਿਰ ਉਸ ਤੋਂ ਬਾਅਦ ਜੁਆਇਨ ਨਹੀਂ ਕਰਾਉਣਾ ਜੀ। ਓਕੇ ਸਰ, ਓਕੇ। ਸ਼ੁਡ ਆਈ ਕੰਟੀਨਿਊ ਸਰ ਔਰ ਸ਼ੁਡ ਆਈ ਵੇਟ? ਹਾਂਜੀ ਵਿਜੇ ਸਰ। ਹੈਲੋ ਸਰ, ਮੈਂ ਐਡਮਿਟ ਆਲ ਸਰ ਕਰ ਦਿੱਤੇ ਹੈਗੇ ਜੀ। ਆਈ ਥਿੰਕ ਹਾਂਜੀ ਹਾਂਜੀ ਸਰ, ਇਸ ਬਸ ਸਾਥੀ ਵੇਟਿੰਗ। ਹਾਂਜੀ ਹਾਂਜੀ, ਦੇ ਆਰ ਜੁਆਇਨਿੰਗ। ਜੀ ਜੀ, ਕੋਈ ਗੱਲ ਨਹੀਂ ਸਰ, ਵਿਜੇ ਸਰ ਤੁਸੀਂ ਸਟਾਰਟ ਕਰ ਦਿਓ। ਓਕੇ 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 ਸਰ। ਸਟਿਲ ਦੇਅਰ ਜੁਆਇਨਿੰਗ ਸਰ। ਸਰ ਟੀਚਰਸ ਆਰ ਜੁਆਇਨਿੰਗ। ਸਾਡੇ ਵਿੱਚ ਮਾਨਯੋਗ ਸਟੇਟ ਰਿਸੋਰਸ ਪਰਸਨ ਸਰਦਾਰ ਬਲਦੇਵ ਸਿੰਘ ਜੀ ਪਹੁੰਚੇ ਨੇ, ਉਹਨਾਂ ਦਾ ਵੀ ਅਸੀਂ ਇਸ ਟ੍ਰੇਨਿੰਗ ਵਿੱਚ ਪਹੁੰਚਣ ਤੇ ਜੀ ਆਇਆਂ ਕਰਦੇ ਹਾਂ ਜੀ। ਓਕੇ ਸਰ 90 ਜੀ ਵਿਜੇ ਸਰ ਕਰ ਦੋ ਸਟਾਰਟ। ਓਕੇ ਓਕੇ, ਥੈਂਕ ਯੂ ਵੈਰੀ ਮਚ ਸਰ। ਹਾਂਜੀ, ਸੋ ਜਿਵੇਂ ਕਿ ਮੈਂ ਬੇਨਤੀ ਕਰ ਚੁੱਕਿਆ ਹਾਂ ਪਹਿਲੇ ਹੀ, ਅੱਜ ਆਪਾਂ ਮੇਨ ਜੋ ਹੈ ਚਾਰ ਟੋਪਿਕ ਦੇ ਉੱਪਰ ਡਿਸਕਸ ਕਰਾਂਗੇ। कंसेप्ट मैप, स्टोरी मैप, डिजिटल टाइमलाइन एंड एक्टिविटी टाइम, हाउ दे आर यूजफुल व्हाइल टीचिंग हिस्ट्री। सो पहले आप गल करते हैं जी कंसेप्ट मैप दी। देख पा रहे हो सारे साथी कंसेप्ट मैप? हाँ जी सर, हाँ जी, हाँ जी, कैरी ऑन सर। ओके ओके, थैंक यू वेरी मच सर। So, there is a difference between mind map and concept map. Concept map जो है, आपां किसे एक concept को लेके उन्हों बनाया जा सकता है, जो भी अपना topic है,
ਜੋ ਮੇਨ ਮੇਨ ਜੋ ਆਪਣੇ ਕੀ ਪੁਆਇੰਟਸ ਨੇ ਉਹ ਆਪਾਂ ਸਾਰੇ ਡਿਜ਼ਾਈਨ ਕਰਕੇ ਬੱਚੇ ਦੇ ਸਾਹਮਣੇ ਰੱਖ ਸਕਦੇ ਹੈਗੇ ਆ। ਜਿਸ ਤਰ੍ਹਾਂ ਮੈਂ ਇੱਕ ਮੇਨ ਬਣਾਇਆ ਹੈ ਕਿ ਭਾਰਤੀ ਇਤਿਹਾਸ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਜਾਣਕਾਰੀ, ਇਹਨੂੰ ਸ਼ੁਰੂ ਕੀਤਾ ਹੈ ਆਦਿ ਮਨੁੱਖ, ਪੱਥਰ ਯੁੱਗ, ਡਿਫਰੈਂਟ ਕਲਰ ਸੇਮ ਕਲਰ, ਨਵਾਂ ਪੱਥਰ ਯੁੱਗ, ਮੱਧ ਪੱਥਰ ਯੁੱਗ, ਪੁਰਾਤਨ ਪੱਥਰ ਯੁੱਗ, ਦੈਨ ਹੜੱਪਾ ਸਭਿਅਤਾ, ਫਿਰ ਆਰੀਆ ਲੋਕ ਕਦੋਂ ਆਏ, ਵੈਦਿਕ ਕਾਲ, ਦੈਨ ਮਹਾਤਮਾ ਬੋਧ, ਹਰਿਅੰਕ ਵੰਸ਼, ਵਰਧਮਾਨ, ਸ਼ਿਸ਼ੂਨਾਗ। ਯਾਨੀ ਕਿ ਥਰੂ ਦਾ ਕੰਸੈਪਟ ਮੈਪ ਆਰ ਸਟੂਡੈਂਟਸ ਆਰ ਏਬਲ ਟੂ ਅੰਡਰਸਟੈਂਡ ਆਰ ਹਿਸਟਰੀ, ਜੇ ਵੀ ਏਸ਼ੀਅੰਟ ਹਿਸਟਰੀ, ਮਿਡੀਵਲ ਹਿਸਟਰੀ ਔਰ ਮਾਡਰਨ ਹਿਸਟਰੀ। ਅਗਰ ਆਪਾਂ ਇਸ ਤਰ੍ਹਾਂ ਕਰਦੇ ਹਾਂ ਤਾਂ ਜੋ ਹੈ ਇਹਦੇ ਨਾਲ ਜੋ ਹੈ ਬੱਚਿਆਂ ਨੂੰ ਡੈਫੀਨੇਟ ਫਾਇਦਾ ਮਿਲੇਗਾ ਜੀ। ਇਹਦੇ ਵਿੱਚ ਆਪਾਂ ਜੋ ਜੋ ਆਪਣੇ ਜਿਸ ਤਰ੍ਹਾਂ ਦਿੱਲੀ ਸਲਤਨਤ ਹੈ ਜੀ, ਬਿਲਕੁਲ ਆਪਾਂ ਸੇਮ ਕਲਰ ਰੱਖਿਆ, ਸਿੰਗਲ ਕਲਰ, ਤਾਂ ਕਿ ਜੋ ਬੱਚਾ ਕਨਫਿਊਜ ਨਾ ਹੋਵੇ। ਦੈਨ ਮੁਗਲ ਸਾਮਰਾਜ ਹੈ ਕਿ ਕਿਹੜਾ ਕਿਹੜਾ ਜੋ ਹੈ ਸਮਰਾਟ ਕਦੋਂ ਆਇਆ, ਉਹਦਾ ਰਾਜ ਕਰਨ ਦਾ ਸਮਾਂ ਕੀ ਸੀ, ਔਰੰਗਜ਼ੇਬ ਹੈ, ਸ਼ਾਹਜਹਾਂ, ਅਕਬਰ, ਜਹਾਂਗੀਰ ਐਂਡ ਸੋ ਔਨ, ਸਾਰੇ ਨੇ। ਸੋ ਇਸ ਤਰ੍ਹਾਂ ਕਰਕੇ ਇਹ ਜੋ ਹੈ ਇਹਨੂੰ ਹਾਊ ਟੂ ਡਰਾ ਕੰਸੈਪਟ ਮੈਪ, ਇਹਦੇ ਵਾਸਤੇ ਜੋ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਨਹੀਂ ਹੈ ਟੈਕਨੋਲੋਜੀ ਦੀ ਜਾਂ ਸਾਨੂੰ ਕੋਈ ਟੈਕਨੀਕਲ ਹੈਂਡ ਹੈ, ਬਿਲਕੁਲ ਨਹੀਂ। ਸਿੰਪਲ ਜੋ ਹੈ ਜਿਸ ਤਰ੍ਹਾਂ ਮੈਂ ਹੈਗਾ ਜੀ, ਉਵੇਂ ਜੋ ਹੈ ਆਪਾਂ ਥੋੜ੍ਹਾ ਜਿਹਾ ਬਸ ਨੌਲੇਜ ਰੱਖਦੇ ਹੋਏ ਕੰਪਿਊਟਰ ਦੀ, ਤਾਂ ਆਪਾਂ ਬਿਲਕੁਲ ਬੜੇ ਈਜ਼ੀਲੀ ਬਣਾ ਸਕਦੇ ਹਾਂ। ਇਹਦੇ ਵਿੱਚ ਇੱਕ ਵਾਰੀ ਜੋ ਹੈ ਡਰੋ ਕਰਨ ਦੇ ਸਮਾਂ ਲੱਗਦਾ ਜੀ, ਲੇਕਿਨ ਬਾਅਦ ਦੇ ਵਿੱਚ ਜੋ ਹੈ ਬੜਾ ਈਜ਼ੀਲੀ ਇਹ ਬਣ ਸਕਦਾ ਹੈ। ਸੋ ਆਫਟਰ ਕੰਸੈਪਟ ਮੈਪ ਆਈ ਐਮ ਗੋਇੰਗ ਟੂ ਸ਼ੇਅਰ ਨੈਕਸਟ। ਯੈਸ, ਇਹ ਹੈ ਜੀ ਆਪਣਾ ਸਟੋਰੀ ਮੈਪ। ਇਹਦੇ ਵਿੱਚ ਕਿਹਾ ਹੈ ਕਿ ਜੋ ਪੁਆਇੰਟਸ, ਜੋ ਸਪੋਰਟਸ ਆਪਾਂ ਜੋ ਹੈ ਮੈਪ ਦੇ ਉੱਪਰ ਦਿਖਾ ਰਹੇ ਹਾਂ, ਉਹ ਐਕਚੁਅਲ ਜੋ ਹੈ ਮੈਪ ਦੇ ਉੱਪਰ ਸ਼ੋ ਹੋਣਗੇ। ਲੈਟ ਮੀ ਐਕਸਪਲੋਰ। ਜਿਸ ਤਰ੍ਹਾਂ ਦੂਸਰਾ ਐਂਗਲੋ ਸਿੱਖ ਅਵਾਰ ਦਿਖਾਇਆ ਗਿਆ ਹੈ ਜੀ, ਜਿਸ ਤਰ੍ਹਾਂ ਰਾਮਨਗਰ ਹੈ, ਰਾਮਨਗਰ ਦੀ ਜੋ ਲੜਾਈ ਹੈ 22 ਨਵੰਬਰ 1848 ਨੂੰ ਹੋਈ, ਸਿੱਖਾਂ ਦੀ ਅਗਵਾਈ ਕੀਤੀ ਸ਼ੇਰ ਸਿੰਘ ਜੀ ਨੇ, ਔਰ ਅੰਗਰੇਜ਼ਾਂ ਦੀ ਤਰਫੋਂ ਸੀ ਲਾਰਡ ਹਿਊਗਾਫ। ਮੇਨ ਮੇਨ ਪੁਆਇੰਟਸ ਲਿਖਤੇ ਵੀ, ਜਿੱਤ ਕਿਹਨਾਂ ਦੀ ਹੋਈ ਔਰ ਹਾਰਿਆ ਕੌਣ ਔਰ ਕਾਰਨ ਕੀ ਰਿਹਾ। ਤਾਂ ਜੋ ਰਾਮਨਗਰ ਹੈ ਇਹਦੇ ਵਿੱਚ ਆਪਣਾ ਐਗਜੈਕਟਲੀ ਜਿਹੜਾ ਹੈ ਇੱਥੇ ਉਹ ਸ਼ੋਅ ਕਰੇਗਾ। ਥੋੜ੍ਹਾ ਜਿਹਾ ਜ਼ੂਮ ਹੈ, ਮੈਂ ਉਹਨੂੰ ਅਗਰ ਕੱਟ ਕਰਨ ਦੀ ਕੋਸ਼ਿਸ਼ ਕਰਾਂ, ਤੁਸੀਂ ਸਾਰੇ ਜੋ ਹੈ ਨਾ, ਜੋ ਆਪਣਾ ਪੁਰਾਣਾ ਪੰਜਾਬ ਹੈ, ਜਸਟ ਉਹਨੂੰ ਵਿਊ ਕਰਨ ਦੀ ਕੋਸ਼ਿਸ਼ ਕਰੀਓ। ਜਸਟ ਅ ਸੈਕਿੰਡ। ਹਾਂਜੀ, ਇਹਦੇ ਵਿੱਚ ਦੇਖੋ ਕਿ ਅਗਰ ਮੈਂ ਡਰੋ ਕਰਨ ਦੀ ਕੋਸ਼ਿਸ਼ ਕਰਾਂ ਜੋ ਗੂਗਲ ਮੈਪ ਦੇ ਵਿੱਚ ਜੋ ਆਪਣਾ ਪੁਰਾਣਾ ਪੰਜਾਬ ਹੈ, ਆਹ ਦੇਖੋ, ਆਹ ਜੋ ਆਪਣਾ ਪਿਆ ਹੈ ਇੱਥੇ, ਇਸ ਤਰ੍ਹਾਂ ਜੋ ਹੈ ਇਹ ਡਰੋ ਹੋ ਜਾਏਗਾ। ਔਰ ਜੋ ਚੀਜ਼ ਇੱਥੇ ਰੈੱਡ ਕਲਰ ਦੇ ਵਿੱਚ ਹੈ, ਬਾਕੀ ਸਾਰੇ ਬਲੈਕ ਐਂਡ ਵਾਈਟ ਨੇ, ਇਹ ਰੈੱਡ ਕਲਰ ਹੈ। ਸੋ ਦਿਸ ਇਜ਼ ਆਰ ਰਾਮਨਗਰ, ਔਰ ਮੈਪ ਦੇ ਵਿੱਚ ਆਪਾਂ ਉਵੇਂ ਦਿਖਾਇਆ ਹੈ। ਇਸ ਨੂੰ ਜੋ ਹੈ ਡਿਜ਼ਾਇਨ ਕਰਨਾ ਕੋਈ ਜ਼ਿਆਦਾ ਮੁਸ਼ਕਿਲ ਕੰਮ ਨਹੀਂ ਹੈਗਾ। ਔਰ ਆਪਾਂ ਅੱਗੇ ਚਲੀਏ। ਚਿਲਿਆਂ ਵਾਲਾ ਹੈ ਜੀ, ਜੋ ਕਿ 13 ਜਨਵਰੀ 1849 ਨੂੰ ਯੁੱਧ ਹੋਇਆ, ਤਾਂ ਇਹ ਹੁਣ ਇੱਥੇ ਹਾਈਲਾਈਟ ਹੋ ਗਿਆ ਸਰ, ਚਿਲਿਆਂ ਵਾਲਾ। ਦੈਨ ਮੁਲਤਾਨ, ਜੋ ਉਹਦੀ ਐਕਚੁਅਲ ਪੋਜੀਸ਼ਨ ਹੈ ਇੱਥੇ ਉਹ ਦਿਖਾ ਰਿਹਾ ਜੀ। ਔਰ ਲਾਸਟ ਦੇ ਵਿੱਚ ਗੁਜਰਾਤ। ਆਪਾਂ ਇਹ ਸਾਰੇ ਦੇ ਸਾਰੇ ਇਕੱਠੇ ਵੀ ਦੇਖ ਸਕਦੇ ਹਾਂ, ਥੋੜ੍ਹਾ ਇਹਨੂੰ ਮਿਨੀਮਾਈਜ਼ ਕਰਕੇ। ਇਹ 4 ਪੁਆਇੰਟ ਹੈਗੇ ਸਰ, ਮੁਲਤਾਨ, ਰਾਮਨਗਰ, ਗੁਜਰਾਤ ਔਰ ਚਿਲਿਆਂ ਵਾਲਾ।
ਸੋ ਅਗਰ ਇਹ ਜੋ ਹੈ ਸਟੋਰੀ ਮੈਪ ਸਰ ਇਹਦੇ ਵਿੱਚ ਬਿਲਕੁਲ ਸਾਨੂੰ ਕੋਈ ਟੈਕਨੋਲੋਜੀ ਦੀ ਜ਼ਰੂਰਤ ਨਹੀਂ ਹੈ, ਕੋਈ ਕੁਛ ਕਰਨ ਦੀ ਜ਼ਰੂਰਤ ਨਹੀਂ ਹੈ, ਸਿੰਪਲ ਇੱਕ ਜਸਟ ਸਾਨੂੰ ਇੱਕ ਟ੍ਰੇਨਿੰਗ ਚਾਹੀਦੀ ਹੈ ਕਿ ਹਾਊ ਵੀ ਕੈਨ ਕ੍ਰੀਏਟ ਦਿਸ ਕਾਇੰਡ ਆਫ ਸਟੋਰੀ ਮੈਪਸ। ਇਹਦੇ ਨਾਲ ਜੋ ਹੈ ਮੇਰਾ ਮੰਨਣਾ ਹੈ ਕਿ ਬੱਚਿਆਂ ਦਾ ਜੋ ਲੈਵਲ ਆਫ ਅੰਡਰਸਟੈਂਡਿੰਗ ਹੈ ਉਹ ਇਨਕਰੀਜ਼ ਹੋਏਗਾ ਐਂਡ ਅੰਡਰਸਟੈਂਡਿੰਗ ਵਿਲ ਬੀ ਲੌਂਗ ਲਾਸਟਿੰਗ। ਟੈਕਨੋਲੋਜੀ ਦਾ ਜ਼ਮਾਨਾ ਹੈ ਔਰ ਅਗਰ ਬੱਚੇ ਨੂੰ ਪਤਾ ਹੋਏਗਾ ਕਿ ਜਿਹੜਾ ਕਿਹੜਾ ਪੁਆਇੰਟ ਕਿੱਥੇ ਹੈ ਉਹ ਕੱਲ੍ਹ ਨੂੰ ਉਹ ਖੁਦ ਆਪ ਵੀ ਲੱਭ ਸਕਦਾ ਹੈ। ਇਹਦੇ ਵਿੱਚ ਅਸੀਂ ਐਕਟੀਵਿਟੀ ਵੀ ਦੇ ਸਕਦੇ ਹੈਗੇ ਹਾਂ, ਤਾਂ ਇਹ ਜੋ ਹੈ ਆਪਣੇ ਸੈਕਿੰਡ ਜੋ ਐਂਗਲੋ ਸਿੱਖ ਵਾਰ ਦੀ ਮੈਂ ਗੱਲ ਕੀਤੀ ਸੀ, ਹੋਰ ਸਾਹਮਣੇ ਰੱਖਦਾ ਹਾਂ ਜੀ। ਜਸਟ ਏ ਸੈਕਿੰਡ। नेक्स्ट जो अपना विषय है जी डिजिटल टाइमलाइन। टाइमलाइन एक बहुत ही जो है महत्वपूर्ण अपने को मेथड है क्योंकि हिस्ट्री जो है डेट्स नूं याद करना उन्होंने समझना करना टाइमलाइन इज ए वेरी हेल्पफुल। सो इन द टाइम ऑफ टेक्नोलॉजी अगर आप जो है डिजिटल टाइमलाइन बना के बच्चों की जो है सामने पेशकारी करिए इट विल बी वेरी ईजी फॉर दैम टू अंडरस्टैंड द टॉपिक। ਫੋਰ ਇਗਜ਼ਾਮਪਲ ਮੁਗਲ ਅੰਪਾਇਰ ਦਾ ਮੈਂ ਰੱਖਿਆ ਹੈ ਜੀ ਕਿ ਜੋ ਮੁਗਲ ਅੰਪਾਇਰ ਹੈ ਆਪਣਾ ਭਾਰਤ ਦੇ ਵਿੱਚ 1526 ਤੋਂ ਲੈ ਕੇ 1707 ਈਸਵੀ ਤੱਕ ਰਿਹਾ। ਤੁਸੀਂ ਨੀਚੇ ਦੇਖ ਰਹੇ ਹੋ ਅੱਜ ਈਅਰਸ ਦਿੱਤੇ ਹੋਏ ਨੇ, ਇਹਨੂੰ ਆਪਾਂ ਥੋੜ੍ਹਾ ਹੋਰ ਵੀ ਵਿੱਚ ਵਿਸਥਾਰ ਕੀਤਾ ਜਾ ਸਕਦਾ ਹੈ। ਜਿਸ ਤਰ੍ਹਾਂ ਦੇਖੋ 1526 ਨੀਚੇ ਦਿਖਾ ਰਿਹਾ ਜੀ ਔਰ ਇਹ ਬਾਬਰ ਦਾ ਸਮਾਂ ਸੀ। ਇਫ ਆਈ ਕਲਿੱਕ ਹੇਅਰ ਸੋ ਇਹ ਬਾਬਰ ਬਾਰੇ ਆਪਾਂ ਨੂੰ ਪਤਾ ਲੱਗੇਗਾ ਕਿ ਬਾਬਰ ਦਾ ਜੋ ਸਮਾਂ ਹੈ 1526 ਤੋਂ ਲੈ ਕੇ 1530 ਤੱਕ ਰਿਹਾ। ਤੇ ਬੱਚੇ ਇੱਥੋਂ ਬੜੀ ਆਸਾਨੀ ਨਾਲ ਦੇਖ ਲੈਣਗੇ ਕਿਉਂਕਿ 1526 27 28 29 ਐਂਡ 30 ਮਤਲਬ 4 ਸਾਲ ਜੋ ਹੈ ਬਾਬਰ ਨੇ ਰਾਜ ਕੀਤਾ। ਇੱਥੇ ਆਪਾਂ ਫੋਟੋ ਲਗਾ ਸਕਦੇ ਹਾਂ ਜਾਂ ਉਹਨਾਂ ਨਾਲ ਸੰਬੰਧਿਤ ਕੋਈ ਵੀਡੀਓ ਹੈ ਆਪਾਂ ਕ੍ਰੀਏਟ ਕੀਤੀ ਹੈ ਤਾਂ ਵੀ ਕੈਨ ਪੋਸਟ ਦੈਮ ਹੇਅਰ। ਔਰ ਇੱਥੇ ਜੋ ਟੈਕਸਟ ਹੈ ਮੈਂ 3-4 ਲਾਈਨਾਂ ਲਿਖੀਆਂ ਨੇ ਜੋ ਮੇਨ ਮੇਨ ਉਹਨਾਂ ਬਾਰੇ ਹੈ ਆਪਾਂ ਇਹਦੇ ਵਾਸਤੇ ਇੱਥੇ ਵੀ ਆਪਾਂ ਹੋਰ ਲਿਖ ਸਕਦੇ ਹੈਗੇ। ਇੱਕ ਮੈਂ ਬੇਨਤੀ ਕਰੂੰਗਾ ਕਿਉਂਕਿ ਔਨਲਾਈਨ ਜਦੋਂ ਵੀ ਆਪਾਂ ਕੋਈ ਟਾਈਪ ਕਰਦੇ ਹਾਂ ਤਾਂ ਉਹਦੇ ਵਿੱਚ ਯੂਨੀਕੋਡ ਦਾ ਹੀ ਇਸਤੇਮਾਲ ਹੁੰਦਾ ਹੈ ਜੀ, ਜਾਂ ਆਪਾਂ ਸਿੰਪਲ ਭਾਸ਼ਾ ਵਿੱਚ ਰਾਵੀ ਕਹਿ ਦਿੰਦੇ ਹੈਗੇ ਹਾਂ। ਅਗਰ ਆਪਾਂ ਪੰਜਾਬੀ ਵਿੱਚ ਲਿਖਣ ਜਾ ਰਹੇ ਹਾਂ ਇਫ ਯੂ ਆਰ ਰਾਈਟਿੰਗ ਇਨ ਇੰਗਲਿਸ਼ ਦੈਨ ਨੋ ਪ੍ਰੋਬਲਮ। ਮੇਨ ਮੇਨ ਆਪਾਂ ਬੱਚੇ ਨੂੰ ਦੱਸਦਾ ਕਿ ਜੋ ਮੁਗਲ ਸਾਮਰਾਜ ਦਾ ਪਹਿਲਾ ਸ਼ਾਸਕ ਸੀ ਉਹ ਬਾਬਰ ਸੀ ਔਰ 1526 ਈਸਵੀ ਦੇ ਵਿੱਚ ਇਬਰਾਹਿਮ ਲੋਧੀ ਨੂੰ ਪਾਨੀਪਤ ਦੀ ਲੜਾਈ ਵਿੱਚ ਹਰਾਇਆ। 1527 ਵਿੱਚ ਉਸਨੇ ਰਾਣਾ ਸਾਂਘਾ ਨੂੰ ਕਨਵਾਹਾ ਦੀ ਲੜਾਈ 'ਚ ਹਰਾਇਆ। 28 ਦੇ ਵਿੱਚ ਰਾਜਪੂਤਾਂ ਨੂੰ ਚੰਦੇਰੀ ਦੀ ਲੜਾਈ ਦੇ ਵਿੱਚ ਔਰ 1529 ਈਸਵੀ ਦੇ ਵਿੱਚ ਅਫਗਾਨਾਂ ਨੂੰ ਘਾਗਰਾ ਦੀ ਲੜਾਈ 'ਚ ਹਰਾਇਆ। ਸੋ ਇਹਨਾਂ ਦਾ ਜਿਹੜਾ ਟਾਈਮ ਸਪੈਨ ਸੀ ਉਹ 4 ਈਅਰਸ। ਉਸ ਤੋਂ ਬਾਅਦ ਹਮਾਯੂ। ਮੈਂ ਰਿਕੁਐਸਟ ਕਰਦਾ ਹਾਂ ਕੋਈ ਪੈਨਸਿਲ ਵਗੈਰਾ ਸ਼ਾਇਦ ਚੱਲ ਰਹੀ ਹੈਗੀ ਹੈ, ਜਸਟ ਲੈਟ ਮੀ ਚੈੱਕ। ਨਰੇਸ਼ ਸਰ ਇਹ ਪੈਨਸਿਲ ਦੇਖਿਓ ਕਿਹਨਾਂ ਵੱਲੋਂ ਚਲਾਈ ਜਾ ਰਹੀ ਹੈ ਸਰ। ਵਿਜੇ ਸਰ ਇਹ ਜਦੋਂ ਤੁਹਾਡੀ ਸਕਰੀਨ ਚੱਲਦੀ ਨੇ ਤੇ ਪੈਨਸਲ ਦੀ ਆਪਸ਼ਨ ਹੈ, ਕੋਈ ਸ਼ਾਇਦ ਲੈਕਚਰਰ ਹੀ ਪਲੀਜ਼ ਅਗਰ ਕੋਈ ਕਰ ਰਿਹਾ ਤਾਂ ਇਹ ਨਾ ਕਰੇ ਜੀ। ਹਾਂ ਸਰ ਉਹਨੂੰ ਸਰ ਦਾ ਇਹ ਧਿਆਨ ਹੈ ਮਤਲਬ ਡਿਸਟਰਬ ਹੁੰਦਾ ਇਰੇਜ਼ ਕਰ ਦੇਣ ਸਰ ਤਾਂ ਠੀਕ ਰਹੇਗਾ। ਹਾਂਜੀ ਹਾਂ ਜਿਸਨੇ ਵੀ ਕੀਤਾ ਹੈ ਪਲੀਜ਼ ਇਰੇਜ਼ ਕਰ ਦਿਓ ਜੀ। ਤਾਂ ਇਥੋਂ ਜੋ ਹੈ ਬੱਚੇ ਨੂੰ ਪਤਾ ਲੱਗ ਗਿਆ ਹੈ ਵੀ ਇਹ ਜੋ ਹੈ ਬਾਬਰ ਦਾ ਸਮਾਂ ਹੈ ਔਰ ਇਹ ਹਮਾਯੂ ਦਾ ਸਮਾਂ ਹੈ, ਤਾਂ ਇਟ ਮੀਨਸ ਕਿ ਜੋ ਹੈ ਬਾਬਰ ਦੇ ਨਾਲੋਂ ਹਮਾਯੂ ਨੇ ਜ਼ਿਆਦਾ ਸਮੇਂ ਤੱਕ ਰਾਜ ਕੀਤਾ ਹੈ ਔਰ ਉਹਨਾਂ ਦਾ ਜਿਹੜਾ ਟਾਈਮ ਸਪੈਨ ਸੀ 1530 ਈਸਵੀ ਤੋਂ ਲੈ ਕੇ 1540 ਈਸਵੀ ਤੱਕ। ਔਰ ਉਸ ਤੋਂ ਬਾਅਦ ਦੇਖੀਏ ਤਾਂ 1555 ਤੋਂ ਲੈ ਕੇ 1556 ਤੱਕ, ਫਿਰ ਜੋ ਵਿਚਲਾ ਜੋ ਟਾਈਮ ਸਪੈਨ ਹੈ ਉਹ ਖਾਲੀ ਹੈ ਜੀ 1540 ਤੋਂ ਲੈ ਕੇ 1555 ਤੱਕ ਦਾ। ਇਟ ਮੀਨਸ ਕਿ ਇਹ ਜਿਹੜਾ ਸਮਾਂ ਹੈ ਇਸ ਸਮੇਂ ਦੇ ਵਿੱਚ ਸ਼ੇਰ ਸ਼ਾਹ ਸੂਰੀ ਨੇ ਰਾਜ ਕੀਤਾ। ਔਰ ਹਮਾਯੂ ਤੋਂ ਬਾਅਦ ਅਗਰ ਅਕਬਰ ਤੇ ਆਪਾਂ ਕਲਿੱਕ ਕਰਦੇ ਹਾਂ ਤਾਂ ਇਹਨਾਂ ਦਾ ਜਿਹੜਾ ਟਾਈਮ ਸਪੈਨ ਹੈ ਕਾਫੀ ਜ਼ਿਆਦਾ ਹੈ
मैं छोटा करदा हां जी टाइमलाइन नू ताकि एग्जैक्ट जेड़ा है पता लगे। हां जी 1556 तो लेके 1605 ईस्वी तक अकबर दा राज रहा है, देन जहांगीर 1605 तो लेके 1627 ईस्वी तक। इस तरह की जो है टाइम लाइन नू बनाना बिल्कुल भी मुश्किल नहीं है। वी कैन गिव डिफरेंट कलर्स और जो मेन मेन जो साडे जो इनफॉरमेशन आप बच्चे तक पहुंचा करना चाहते हैं और परमात्मा करे कि स्कूल जल्दी खुलन तो आप जो है थ्रू प्रोजेक्टर बच्चे नू बड़ी आसानी के नाल दिखाया जा सकता है और इस नू बनाना भी बहुत आसान है। जहांगीर तो बाद गल करिए शाहजहां दी, ये उन्हों का समा है 1628 तो लैके 1657 तक। दैन औरंगजेब 1650 ईस्वी तो लैके सॉरी 1658 है 1658 1658 तो लैके 1707 ईस्वी तक। तो ये जो है अपनी डिजिटल टाइमलाइन कोई भी जो अध्यापक साथी इसमें बड़ी आसानी के नाल बना सकता है। एज रिगार्डिंग मैं रिक्वेस्ट करूंगा अगर कोई भी क्वेरी है कोई भी क्वेश्चन है तो वेलकम सर, नहीं फिर मैं आगे चलता हाँ। सर ये बनाना जरूर दस दियो सर, सत श्री अकाल जी। ओके सत श्री अकाल सर। सर जो इन्हों जो बनाना है वो वास्ते फिर क्योंकि 40 मिनट का ही सर से सैशन होंगे उस बाद क्लास खत्म हो जाती है, या तो मैं रिक्वेस्ट करूँगा जो साढ़े स्टेट सोर्स परसन ने कि वो वास्ते कोई अगर अलग कोई सैशन रख लें ताकि असी एक सैशन दे विच एक चीज़ नू कंप्लीट। जी 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 मनदीप जी ये लिए आप एक वक्रा सैशन रखा सर अपने लिए टाइम की शॉर्टेज करके नहीं आप कर सके, इन्हों आप विजय सर रिक्वेस्ट की है कि एक वक्रा सैशन जिद लिए सा कोई मतलब टाइम की कोई लिमिट नहीं होगी, मतलब अभी इन्होंने रिक्वेस्ट करा भी ये सू मतलब जो बन दी किमें ये बारे दसन गए सर आप इन्होंने कह चुके हैं पहले ही। ठीक है सर, थैंक यू सर। हाँ जी वेलकम सर। हाँ जी टाइम लाइन तो बाद एक जो मेन जो एक्टिविटी हाउ टू इंगेज द स्टूडेंट्स इन आर सबजैक्ट्स ये जी सब तो बड़ी गल है उदी विच बहुत आसान है। देर आर सो मैनी सोर्सिस। मैं फिर रिक्वेस्ट करूँगा कि जिन्हें अध्यापक साथियों को पेंसिल चल गई प्लीज़ उन्हों अरेज कर दें ताकि बाकी साथियों को दिक्कत ना हो क्योंकि मैं अपने एंड तो अरेज कर नहीं सकता। ये जो है एक्टिविटी पेज मैं बनाया बच्चों वास्ते जो आप शेयर करते हाँ तो कोई भी जो है पार्टिसिपेंट ए शेयर का ऐड हो सकता है जिस बच्चे को लिंक जाता है। टॉपिक सी मेरा कि तुसी केड़े केड़े शहर घूम के आए हो वो उपर जो तुसी पॉइंट आउट करना है वो उपर निशान बनाना है तो जेडे भी शहर घूम के आए हो उसनू वर्ल्ड के मैप उपर लगन की कोशिश करो तो उत्थे जो है अपना निशान दो। ये नमूने के तौर पर जेडे जेडे शहर मैं मेन मेन गया है जी उतों किया है जिस तरह मान लो ये है साओ पोलो सदन अमेरिका जो है कंटीनेंट के है, दैन बाइया स्टेट है ब्राजील के जी। सो पूरे वर्ल्ड के जो है बच्चा जिथे जिथे गया है वो उत्थे अपना जो है मार्क कर सकता है जी। दुबई है ना इंडिया की गल करिए मेन मेन जितने भी है आप और उत्थे जो है जो भी बच्चा क्लिक करेगा उत्थे बच्चा वो अपना नाम लिख सकता है आपके स्कूल का नाम लिख सकता है। इस तरह मैं लिखा है विजय गुप्ता अहमदाबाद गुजरात में जाके आया कदों जाके आए हो तुम ये बारे में लिख सकते है। इस तरह भोपाल है गुवाहाटी असाम के चिरापूंजी मेघालय गंगानगर राजस्थान। हुण इस जो है एक्टिविटी नूं आपां अपने सब्जेक्ट दे विच
किस तरह उन्हें जो है इनकलकेट करिए मर्ज करिए किस हिसाब ना ताकि जो है साढ़े बच्चों का लेवल ऑफ अंडरस्टैंडिंग इनक्रीज हो गए वास्ते मैं एक पेज बनाया है सिंध घाटी सभ्यता नाल संबंधित स्थान लगने आप बच्चों लैक्चर करवा दिता ये लैसन करवाने तो बाद उन्होंने असं एक्टिविटी दे दी कि बेटा इतने से स्थान लिखे हुए ने हड़प्पा मोहनजोदड़ो कालीबंगा लोथल चनहुदड़ो और सुधकांगेडोर 1, 2, 3, 4, 5, 6 ये जिहड़े 6 स्थान ने तुसी वर्ल्ड के मैप के लभ के लैके आने ने कित्थे कित्थे करके हैगे ने जदों आपां ये लिंक बच्चों नूं शेयर करांगे तो उत्थे जो है बच्चों को दे कैन डू दिस एक्टिविटी ऑन देयर मोबाइल नो प्रॉब्लम एट ऑल और इफ दे हैव लैपटॉप दैन दैट्स वेरी ईजी चाहे लैपटॉप होवे जी या टैब होवे या मोबाइल होवे उत्थे एक्टिविटी हो सकती है प्लस का निशान है बच्चों को बच्चे इतने टच करेंगे और सब तो पहले जो स्थान है उसको लभन की कोशिश करेंगे दो तरीके ने स्थान लभन के एक तो ऑप्शन में जाके सर्च करना जी और दूसरा जरा ये अपने को मार्ग दिता हुआ है आप इनू ड्रैग कर सकते हैं भी असी किस जगह पर जरा करना है ओके लिखने के जो आप पहला सर्च करते हैं जिस तरह आप पहला है हड़प्पा स्पैलिंग दिक्कत गलत हो जाए कोई गल नहीं और नाल जो है उन्हें दोबारा दिखा देना है कि तुम की सर्च कर रहे हो जिस तरह हड़प्पा पाकिस्तान आपको ना ही चीज चाहिए है जिमें ही बच्चा इतने टच करेगा तो ये को आ जाएगा हड़प्पा पाकिस्तान और जिस बच्चे ने सर्च किया है वो इतने जो है बच्चा आपका नाम लिख सकता है जी मान लो मैं लिख देना इतने कोई भी नाम मान लो मनदीप जी मैं लिख देना जी बच्चा आपका स्कूल का नाम भी पा सकता है भी किस स्कूल के बच्चे ने सर्च किया है और इतने जो है असी कोई होर जो इनफॉर्मेशन है कोई वीडियो है वह लिंक इतने शेयर कर सकते हैं या हड़प्पा सभ्यता नाल संबंधित कोई भी जो आप इमेज है कैन बी पोस्टेड हियर सो इतने ये शो होएगा हड़प्पा पाकिस्तान के आ जगह है इन जूम करके भी देखा जा सकता है मैप दे जो है हड़प्पे आप कितने करके दिखा रहे हैं एक गल क्लियर होगी कि हूँ जो है नाउ एट इन पाकिस्तान सो ऐसे तरह ही जो बाकी ने जिस तरह मोहन जो मान लो बच्चे स्पेलिंग नहीं पता जो भी मर्जी लिखे तो नाल दे आ जा रहे हैं पहले उन्होंने पढ़े मोहन जोदाड़ो पाकिस्तान जिमें ही जो बच्चा इतने टच करेगा ये जी ब्यूटी ये है कि उन्हें डायरेक्टली उत्थे जाके ही उन्हें पिन अप कर देना है जी जिस भी बच्चे ने सर्च किया है वह आपका नाम लिख सकता है जैसे मैं नमूने के तौर पर लिख देना नरेश जी ने जो है सर्च किया है आपके स्कूल का नाम लिख सकते हैं नाल कोई होर इनफॉर्मेशन देना चाहन तो बिल्कुल वो दी जा सकती है और ये केवल अपने स्कूल के ही बच्चे नहीं पंजाब के बच्चे दुनिया के बच्चे शामिल हो सकते हैं आप कोई भी जो है एक योजा प्रोजेक्ट बना के वो शेयर कर सकते हैं तो वो कमेंट दिए जा सकते हैं मैं वो भी शेयर करता हाँ थोड़े नाल इस तरह करके जो है आपने हिस्ट्री के सिलेबस में किसी भी जो है टॉपिक जो आप समझते हाँ कि मैथ उपर दिखाया जा सकता है वह आप इस तरह बना के बच्चों के नाल जो है लिंक शेयर कर सकते हाँ और बच्चे मैं लगता है कि बड़े इंट्रस्ट के नाल जो है इस एक्टिविटी नूं करनगे और साइड बाय जो साइड सानूं नाल नाल पता भी लगता रहेगा जी मैं रिक्वेस्ट करूंगा दी रिगार्डिंग अगर कोई क्वेरी है कोई क्वेश्चन है क्योंकि टाइम बहुत थोड़ा रह गया है रिगार्डिंग दिस एक्टिविटी प्लीज सर जो आपां तुसीं दस्सिया भी लिंक शेयर कर सकते हैं आपां जो आप मतलब बच्चे लिंक शेयर करता तो जो एक्टिविटी मतलब आप कर देख रहे हैं तो बच्चा भी सेम कर सकता इस तरह हाँ जी सर बिल्कुल क्योंकि सर जो आप चीज लाइव कर दी जो आप एक लिंक शेयर कर दिता तो जिस भी बच्चे को लिंक जाएगा अगर उसे कुछ करता है तो वह बिल्कुल जो है सानू इतने नजर आएगा और बच्चे एट द सेम टाइम बच्चे कर सकते हैं जिस तरह मैं एक सर होर एक्टिविटी मैं दिखाना हाँ जी
फिर अलग अलग दिखाई देगा सर सॉरी थोड़ी आवाज ना पूरी क्लियर नहीं आई काइंडली रिपीट सर 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 जिवे आपा मान लो हड़प्पा ते पिन करन लई कहता बच्चियां नु तां 10 बच्चियां ने इक्को जगह पिन कीता हां जी हां सर अपना नाम लिखण दी कोशिश कीती जी जी सर बिल्कुल फिर किद्दां होएगा जी हो जाएगा सर हो जाएगा देखो तुम एक सर नवा हो जाएगा फिर भी इदां ही होएगा हां सर हो जाएगा देखो जिस तरह मैं दिखाया है कि अपने तुसी अपने स्कूल बारे जो व्यूज करो तुहाडा स्कूल किवें लगता है ते ए जो बच्चा क्लास टेंदा है उन्हें लिखा आई लाइक माई स्कूल वेरी मच ते ए कोई बच्चा है गवर्नमेंट सीनियर सेकेंडरी स्कूल बलियाना मुक्तसर तो जी ऐसा करके इत मतलब नॉट ओनली इन आर स्टेट आर कंट्री वर्ल्ड लैवल के जो बच्चे इतने ज्वाइन कर सकते हैं जी यानी विजय सर तुहाडा कहण दा भाव भी गूगल क्विज वांगू रिस्पोंस ने जो रिकॉर्ड हो जाएंगे ना सर इस तरह है ये रिस्पोंस असी रिकॉर्ड नहीं करते ये तो जस्ट जो है बच्चे का फीडबैक लेनी हो कोई राय लेनी हो छोटा मोटा काम करवाना हो गूगल के भी तो सर जैसे मान लो भी एक एक लाख के करीब रिस्पोंस हो जाते हैं सर तो इन्हें तो चलना पेज के हिसाब से बच्चे को पेज तो सर उही है ना एक इन्ना ही पेज है सर उनके कोल जी जी हाँ तो जस्ट जो है बच्चे नू नाल मतलब हाँ जी सर बिल्कुल बिल्कुल सर वही हो सकता है ठीक है सर हाँ तो ऐसा करके सर ये जो मतलब जो रिगार्डिंग हिस्ट्री जैसे टॉपिक हो रही बड़े ने लेकिन उन टाइम सर शॉर्ट है तो ऐसे रिगार्डिंग सर कोई भी क्वेरी है तो वेलकम सर और मैं सर इतने आपकी गल जो समाप्त करता हाँ हाँ जी विजय सर का बहुत बहुत धन्यवाद कि उन्होंने सानू मतलब अज के समय दियाँ जो टैक्नीक्स ने नवी नवी उन्होंने बारे जानकारी दी जिन्हों तो असी पहला अनजाण सी इसलिए असं उन्होंने बहुत बहुत धन्यवाद करते हैं तो मैं इतने हूँ अपने जो मेरे नाल सारे साथी जुड़े हुए हैं अगर किसी की क्वायरी है तो प्लीज़ तुम पूछ सकते हो जी नहीं फिर आप एक जो बखरा सैशन लैके आवेंगे इसकी ट्रेनिंग के लिए जो कंसैप्ट मैप या कुछ और मैनू याद है 2011 तो इन्हां दीआं पीपीटी सारे पंजाब विच चला रहे हैं और अज सर यह बड़ा अच्छा उपराला सिंगला साहब दा बलदेव सर दा इन्ना वधिया उपराला सर कि तुसी गुप्ता साहब नूं विच लैंदा ते साडा होर सानूं सर एक मोटिवेशन मिली है कल भी जिहड़े बुला रहे ने सर दो जिहड़े लैक्चर दित्ते आ संजीव सर ने या मनवीर मैडम गखड़ साहब ने सर एक्सीलेंट सी और अज सर सोने ते सुहागा हो गया जदों गुप्ता साहब आ गए क्योंकि गुप्ता साहब की मदद मैं निजी तौर पर सर लैंदा ही रहिंदा और ये इन्ने सर डाउन टू अर्थ बंदे ने कि किसी भी अध्यापक साथी नूं लोड़ पवे हर एक की हैल्प वास्ते हमेशा तैयार रहिंदे आ सर मैं सिर्फ इन्हें तारीफ करना चाहता और इन्होंने जो पीपीटीज ने सर वो तो 2011 सन तो असं वरतने सर और एस एस वरतने हूँ हिस्ट्री में आ गए सर सर इन्हों का बहुत बहुत धन्यवाद और खास करके सिंगला साहब तुहाडा सब का जिन्होंने इन्ना अच्छा सर सैमीनार जो ऑर्गेनाइज किया थैंक यू वेरी मच जी थैंक यू राकेश सर सर मैं तो रिक्वेस्ट की थी किसी कोई डाउट है कोई पूछना चाह रहे हैं तो सर प्लीज जरूर गल शेयर करना अपनी नमस्कार विजय सर मैं रजनी बोल रही हूं मोहाली तो हां जी नमस्कार मैम हेलो हां जी नमस्कार जी सर ए इनलार्ज करने की कोशिश कर रहे थे ਇਹਦੇ ਵਿੱਚ ਨਜ਼ਰ ਘਟ ਆ ਰਿਹਾ ਸੀ ਮੈਨੂੰ ਜਿੱਦਾਂ ਫੋਨ ਤੇ ਦੇਖ ਰਹੇ ਸੀ ਨਾ ਤੇ ਇਹ ਸਕਰੀਨ ਥੋੜੀ ਵੱਡੀ ਹੋ ਸਕਦੀ ਹੈ ਕਿ ਮੋਬਾਈਲ ਤੇ ਮੈਮ ਕਿਉਂਕਿ ਫਿਰ ਮੋਬਾਈਲ ਦੀ ਸਕਰੀਨ ਦੇ ਮੁਤਾਬਕ ਹੀ ਉਹਨੇ ਚੱਲਣਾ ਹੈ अच्छा जी सॉरी जी ओके ओके
हाँ जी, किसी और साथी की क्वेरी होवे कोई, जां कोई इस लैक्चर दे रिगार्डिंग कुछ कहना चाहता हो जी? हेलो हेलो सर, हेलो हाँ जी, हेलो हाँ जी हाँ जी हाँ जी सर, इस लैक्चर की कोई रिकॉर्डिंग मिल सकते ताकि असि दोबारा सुन सकिए देख सकिए? सर हाँ जी सर, रिकॉर्डिंग हो रही है, ऑर्डर लगाया हुआ है। हेलो रिकॉर्डिंग असि मतलब कोशिश करांगे उपलब्ध करवा सकिए, असि रिकॉर्डर लाया हुआ है सर। हाँ जी हाँ ठीक है सर। हेलो सर, सानू सौखा हो जाएगा। ਨਰੇਸ਼ਰ ਆਪਾਂ ਜੇ ਇੱਕ ਇਹ ਵੀ ਲੈ ਲਈਏ ਆਪਾਂ ਸਾਰਿਆਂ ਤੋਂ ਵੀ ਜੇ ਉਹ ਚਾਹੁੰਦੇ ਆ ਤਾਂ ਆਪਾਂ ਟੈਕਨੋਲੋਜੀ ਦੇ ਉੱਪਰ ਹੋਰ ਇਹਨਾਂ ਦੇ ਹੋਰ ਲੈਕਚਰ ਕਰਾ ਸਕਦੇ ਆ ਬਾਅਦ ਦੇ ਵਿੱਚ। ਮੰਨ ਲਓ ਅੱਜ ਤਾਂ ਆਪਾਂ ਨੇ ਆਪਣੀ ਪੂਰੀ ਜਿਹੜੀ ਹੈਗੀ ਹੈ ਆਪਣਾ ਟ੍ਰੇਨਿੰਗ ਉਹ ਖਤਮ ਕਰ ਲੈਣੀ ਹੈ, ਪਰ ਆਪਾਂ ਬਾਅਦ ਦੇ ਵਿੱਚ ਕਈ ਏਦਾਂ ਦੇ ਪ੍ਰੋਜੈਕਟ ਨੇ ਜਿਨ੍ਹਾਂ ਤੇ ਵੀ ਜੇ ਸਰ ਆਪਾਂ ਕਰਾ ਸਕਦੇ ਨੇ ਤਾਂ ਬਹੁਤ ਵਧੀਆ ਰਹੇਗਾ ਹਿਸਟਰੀ ਲਈ। ਸਰ ਉਹ ਆਪਾਂ ਅੱਜ ਗੂਗਲ ਫਾਰਮ ਭਰਵਾ ਲਾਂਗੇ ਜੀ ਸਾਰਿਆਂ ਤੋਂ, ਜਿੰਨੇ ਜੋ ਵੀ ਮਤਲਬ ਵਿਲਿੰਗ ਹੋਣਗੇ। ਮੈਨੂੰ ਤਾਂ ਲੱਗਦਾ ਵੀ ਸਾਰੇ ਹੀ ਸਾਥੀ ਵਿਲਿੰਗ ਹੋਣੇ ਚਾਹੀਦੇ ਨੇ। ਅੱਜ 45-40 ਮਿੰਟ ਦੇ ਵਿੱਚ ਇੱਕ ਇੱਕ ਇਸ ਤਰ੍ਹਾਂ ਸਰ ਇੱਕ ਇੱਕ ਟੌਪਿਕ ਦੇ ਉੱਪਰ ਆਪਾਂ 40-40 ਮਿੰਟ ਲਾਈਏ ਤਾਂ ਮੈਨੂੰ ਲੱਗਦਾ ਉਹਦੇ ਨਾਲ ਬਹੁਤ ਜ਼ਿਆਦਾ ਕਲੀਅਰ ਹੋ ਜਾਊਗਾ ਜੀ ਆਪਣਾ, ਤੇ ਹਿਸਟਰੀ ਦੇ ਵਿੱਚ ਇੱਕ ਨਵੀਂ ਜਾਣ ਪਾਊਗੀ ਜੀ ਉਹਦੇ ਨਾਲ। ਹਾਂਜੀ ਹਾਂ ਸਰ, ਕਿਉਂਕਿ ਮਤਲਬ ਬੱਚੇ ਦਾ ਇਹਦੇ ਵਿੱਚ ਮਤਲਬ ਬੱਚੇ ਨਾਲ ਜੁੜਦੇ ਨੇ, ਕਿਉਂਕਿ ਬੱਚੇ ਖੁਦ ਵੀ ਇਸ ਜਿਹੜੇ ਮਤਲਬ ਜਿਵੇਂ ਵਿਜੇ ਸਰ ਨੇ ਮੈਪ ਵਾਲਾ ਕਰਵਾਇਆ ਨਾ ਉਹ ਕਰ ਸਕਦੇ ਨੇ। ਆਪਣਾ ਵੀ ਵੱਧ ਤੋਂ ਵੱਧ ਦੇਖੋ ਮੇਨ ਉਦੇਸ਼ ਇਹੀ ਆ ਵੀ ਬੱਚਿਆਂ ਨੂੰ ਨਾਲ ਜੋੜਨਾ ਨਾ। ਵੀ ਮੈਨੂੰ ਤਾਂ ਲੱਗਦਾ ਵੀ ਜੋ ਟੈਕਨੀਕਸ ਅੱਜ ਵਿਜੇ ਸਰ ਨੇ ਦੱਸੀਆਂ ਨੇ ਮਤਲਬ ਸਾਡੇ ਵਿਸ਼ੇ ਦੇ ਲਈ ਬਹੁਤ ਹੀ ਮਤਲਬ ਸਕਸੈਸਫੁਲ ਸਾਬਤ ਹੋਣਗੀਆਂ, ਤੇ ਅਸੀਂ ਇਹਨਾਂ ਨੂੰ ਰਿਕੁਐਸਟ ਕਰਾਂਗੇ ਵੀ ਇਹਦੇ ਲਈ ਸਾਡੇ ਲਈ ਜ਼ਰੂਰ ਸੈਸ਼ਨ ਲੈ ਕੇ ਆਓ। ਸਿੰਗਲਾ ਸਰ, ਸਿੰਗਲਾ ਸਰ ਮੈਂ ਹੈਲੋ ਹਾਂਜੀ ਹੈਲੋ ਹਾਂਜੀ ਸਰ ਹਾਂਜੀ ਹਾਂਜੀ ਸਰ, ਮੈਂ ਇੱਕ ਛੋਟਾ ਜਿਹਾ ਮੇਰਾ ਹੈਗਾ ਸਵਾਲ ਹੈਗਾ ਵੀ ਮੈਂ ਜੁਆਇਨ ਕਰ ਲਿਆ ਸੀ ਬਿਲਕੁਲ ਟਾਈਮ ਦੇ ਉੱਪਰ ਔਰ 11:18 ਦੇ ਲਾਗੇ ਛਾਗੇ ਕੁਨੈਕਸ਼ਨ ਕਰਕੇ ਜਾਂ ਕੁਛ ਇੱਦਾਂ ਦਾ ਹੋਇਆ, ਇੱਕ ਅੱਧੇ ਸੈਕਿੰਡ ਲਈ ਬਫਰਿੰਗ ਹੋਣ ਲੱਗ ਪਈ, ਤਾਂ ਮੈਨੂੰ ਲੌਗ ਆਊਟ ਕਰਕੇ ਦੁਬਾਰਾ ਫਿਰ ਰਿਕੁਐਸਟ ਭੇਜਣੀ ਪਈ ਗਰੁੱਪ ਰੂਮ ਜੁਆਇਨ ਕਰਨ ਲਈ। ਤਾਂ ਮੈਨੂੰ ਸਰ 11:36 ਤੱਕ ਵੇਟ ਹੀ ਕਰਾਈ ਗਿਆ ਮੈਨੂੰ ਮਤਲਬ ਦੁਬਾਰਾ ਰੀਐਂਟਰੀ। ਸਰ ਸੌਰੀ, ਉਹਦੇ ਲਈ ਨਾ ਅਸੀਂ ਨੇ ਹੋਸਟ ਹੈ ਜਿਹੜਾ ਉਹ ਵਿਜੇ ਸਰ ਨੂੰ ਬਣਾਤਾ ਸੀਗਾ। ਨਰੇਸ਼ ਜੀ ਇੱਕ ਮਿੰਟ, ਉਹ ਵਿਜੇ ਸਰ ਨੂੰ ਹੋਸਟ ਬਣਾਇਆ ਸੀ ਕਿਉਂਕਿ ਰਿਕਾਰਡਿੰਗ ਕਰਨੀ ਸੀਗੀ, ਤਾਂ ਕਰਕੇ ਉਹਨਾਂ ਤੋਂ ਨਹੀਂ ਹੋਇਆ ਪਾਉਣਾ, ਉਹ ਇੱਧਰ ਕਰ ਰਹੇ ਸੀਗੇ। ਤੇ ਇਹ ਰਿਕਾਰਡਿੰਗ ਸਰ ਤੁਹਾਨੂੰ ਮਿਲ ਜੂਗੀ, ਪੂਰੇ ਲੈਕਚਰ ਦੀ ਰਿਕਾਰਡਿੰਗ ਹੈ ਜਿਹੜੀ ਉਹ ਤੁਹਾਨੂੰ ਮਿਲ ਜਾਏਗੀ। ਹਾਂਜੀ, ਪਰ ਗੱਲ ਇਹ ਆ ਵੀ ਸਰ ਆਪਾਂ ਲਗਭਗ ਮੈਂ 20 ਮਿੰਟ ਬਿਲਕੁਲ ਦੇਖਦਾ ਰਿਹਾ ਔਰ ਲੈਕਚਰ ਜਿਹੜਾ ਹੈ ਵਾਕਈ ਬਹੁਤ ਇੰਟਰਸਟਿੰਗ ਸੀਗਾ, ਜਿੱਦਾਂ ਪਹਿਲੇ 11-18-20 ਮਿੰਟ ਮੈਂ ਸੁਣਿਆ ਜਾਂ ਦੇਖ ਰਿਹਾ ਸੀਗਾ। ਸੋ ਕਾਈਂਡਲੀ 10-12 ਮਿੰਟ ਤਾਂ ਮੈਨੂੰ ਵੀ ਬਾਹਰੇ ਰਹਿਣਾ ਪੈ ਗਿਆ, ਮੇਰਾ ਵੀ ਕਨੈਕਸ਼ਨ ਵੀਕ ਹੋ ਗਿਆ ਸੀਗਾ, ਇਹ ਸੇਮ ਪ੍ਰੋਬਲਮ ਮੇਰੇ ਨਾਲ ਜੀ ਜੀ ਕੋਈ ਨਹੀਂ ਕਿਉਂਕਿ ਇਹ ਟੌਪਿਕ ਟੈਕਨੋਲੋਜੀ ਨਾਲ ਸੰਬੰਧਿਤ ਹੈ। ਨਹੀਂ ਸਰ, ਮੈਂ ਸਮਝ ਗਿਆ ਤੁਹਾਡੀ ਗੱਲ, ਬਸ ਮੈਂ ਲੈਟ ਮੀ ਕੰਪਲੀਟ, ਮੈਂ ਬਸ ਕੋਈ ਗੱਲ ਕਹਿਣੀ ਆ ਵੀ ਥੋੜਾ ਜਿਹਾ ਸਰ ਅਸੀਂ ਇਸ ਚੀਜ਼ ਨੂੰ ਵੀ ਸ਼ਿਓਰ ਕਰੀਏ ਕਿਉਂਕਿ ਸਮਟਾਈਮਸ ਇੱਕ ਤੁਹਾਡਾ ਬਹੁਤ ਵਧੀਆ ਬਣਿਆ ਹੁੰਦਾ ਆ ਕਹਿ ਲਓ ਸਿੱਖਣ ਸਿਖਾਉਣ ਦਾ ਨਾ ਲਰਨਿੰਗ ਪ੍ਰੋਸੈਸ ਇੱਕ ਬਹੁਤ ਵਧੀਆ ਬਣਿਆ ਹੁੰਦਾ, ਤਾਂ ਇੱਦਾਂ ਦੀਆਂ ਚੀਜ਼ਾਂ ਫਿਰ ਜਿਹੜੀਆਂ ਕਿਤੇ ਨਾ ਕਿਤੇ ਹਿੰਡਰੈਂਸ ਕਰਦੀਆਂ, ਬਸ ਇੰਨੀ ਕੁ ਗੱਲ ਹੀ ਹੈ ਜੀ। ਥੈਂਕ ਯੂ, ਅਦਰਵਾਈਜ਼ ਮੈਂ ਸਮਝਦਾ ਤੁਹਾਡਾ ਕੰਸਰਨ ਸਮਝਦਾ।